ਹਾਂਜੀ ਬਾਈ, ਆਪਣਾ ਬਿਜਲੀ ਟੁੱਟ ਗਿਆ ਸੀਗਾ ਸੰਪਰਕ ਜਾ, ਤੇ ਉਹਦਾ ਕਰਕੇ ਆਪਣੀ ਗੱਲਬਾਤ ਵੀ ਵਿੱਚ ਹੀ ਰਹਿ ਗਈ। ਸੋ ਗੱਲਬਾਤ ਕਰ ਰਹੇ ਸੀਗੇ, ਅੱਜ ਆਪਾਂ ਮਾਨ ਸਾਹਿਬ ਮੌੜ ਆਏ ਸੀਗੇ, ਤੇ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਦੀ ਇੱਕ ਪੁਰਾਣੀ ਤੁਹਾਨੂੰ ਸੁਣਾਉਣਾ ਆਡੀਓ, ਤੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ। ਸੋ ਅੱਜ ਇੱਕ ਆਮ ਜੇ ਘਰ ਦਾ ਮੁੰਡਾ, ਇੱਕ ਗਰੀਬ ਜੇ ਘਰ ਦਾ ਮੁੰਡਾ, ਮਾਸਟਰ ਮਹਿੰਦਰ ਸਿੰਘ ਦਾ ਮੁੰਡਾ, ਜਿਹੜਾ ਛੋਟੇ ਜੇ ਦਰਮਿਆਨੇ ਜੇ ਘਰ ਚ ਉੱਠ ਕੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੀ, ਉਹ ਅੱਜ ਮੌੜ ਆਇਆ ਸੀ। ਇਹ ਜਨਾਬ ਦੇ ਕਹੇ ਹੋਏ ਬੋਲ ਨੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਸੀ, ਕਿ ਸੁਖਬੀਰ ਬਾਦਲ 1 ਕਿਲੋਮੀਟਰ ਜੇ ਸਫ਼ਰ ਕਰਦਾ ਤਾਂ 1 ਲੱਖ ਰੁਪਏ ਦੇ ਵਿੱਚ ਪੈਂਦਾ ਪੰਜਾਬ ਦੇ ਖਜ਼ਾਨੇ ਨੂੰ। ਸੋ ਅੱਜ ਜਨਾਬ ਕਿੰਨੇ ਚ ਪਏ ਆ? ਅੱਜ ਜਨਾਬ ਜਿਹੜੇ ਚੰਦ ਕੁ ਮਿੰਟ ਲਾ ਕੇ ਸੁਣਾ ਕੇ ਟੋਟਕੇ ਟਾਟ ਕੇ ਤੇ ਕਹਾਣੀਆਂ ਕਹੂਣੀਆਂ ਮਿਣੋ ਮਿਣੀ ਜੇ ਹੋ ਕੇ ਤੇ ਉੱਡ ਕੇ ਜਹਾਜ਼ ਲੈ ਕੇ ਨਾਲ ਦੀ ਨਾਲ ਬਿਠਾ ਕੇ ਆਪਣੇ ਬੌਸ ਕੇਜਰੀਵਾਲ ਨੂੰ ਦਿੱਲੀ ਪਹਿਲਾਂ ਨੂੰ ਲੈ ਕੇ ਆਏ, ਦਿੱਲੀਓ ਜਾ ਕੇ ਜਹਾਜ਼ ਤੇ ਫਿਰ ਛੱਡ ਕੇ ਆਉਣਗੇ ਹੁਣ। ਸੋ ਇਹ ਅੱਜ 55 ਕਰੋੜ ਚ ਪਿਆ। ਅੱਜ ਆਮ ਜੇ ਘਰ ਦਾ ਮੁੰਡਾ, ਜਿਹੜਾ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਆ, ਬਰਦਾਸ਼ਤ ਨਹੀਂ ਹੁੰਦੇ, ਅਸੀਂ ਮੁੱਖ ਮੰਤਰੀ ਬਣ ਗਏ ਤਕੜੇ ਘਰਾਂ ਦੇ ਕਾਕਿਆਂ ਤੋਂ, ਅੱਜ ਆਮ ਘਰ ਦਾ ਮੁੰਡਾ ਬੜਾ ਖਾਸ ਬਣ ਗਿਆ। 55 ਕਰੋੜ ਦੇ ਵਿੱਚ ਪਈ ਆ ਮੌੜ ਰੈਲੀ, ਤੇ ਉਹਦਾ ਹਾਸਲ ਕੀ ਹੋਇਆ, ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ, ਤੁਸੀਂ ਆਪੇ ਹਿਸਾਬ ਲਾ ਲਿਓ। ਅੱਜ ਦੀ ਰੈਲੀ ਦਾ ਕੋਈ 55 ਪੈਸਿਆਂ ਦਾ ਵੀ ਮੈਨੂੰ ਦੱਸ ਦੇ, 55 ਪੈਸਿਆਂ ਦਾ ਅੱਜ ਪੰਜਾਬ ਦੀ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ, ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ? ਜਿਹੜਾ ਮਾਨ ਸਾਹਿਬ ਨੇ ਕਿਹਾ ਸੀ ਨਾ ਕਦੇ ਜਦੋਂ ਸਹੁੰ ਚੱਕੀ ਸੀਗੀ ਖੱਟਣ ਕਲਾਂ, ਕਿ ਲੈ ਵੀ ਸਹੁੰ ਲਈ ਚੱਕ, ਹੁਣ ਕੰਮ ਹੀ ਇੰਨੇ ਕਰ ਦੇਣੇ ਆ ਕਿ ਅਸੀਂ ਰੈਲੀਆਂ ਨਹੀਂ ਕਰਦੇ, ਤੁਸੀਂ ਕੰਮ ਦੇਖ ਕੇ ਵੋਟ ਪਾ ਦਿਆ ਕਰਦੇ, ਸਾਨੂੰ ਤੁਹਾਡੇ ਕੋਲ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ। ਤੇ ਅੱਜ ਐਡੀ ਕੀ ਲੋੜ ਪੈ ਗਈ ਸੀਗੀ ਸ਼ਕਤੀ ਦੀ, ਕਿ 4 ਸੂਬਿਆਂ ਦੇ ਲੋਕਾਂ ਨੇ ਲੋਟਰੀਆਂ ਲਵਾਤੀਆਂ, ਗੇੜੇ ਖਵਾਤੇ, ਅੱਜ ਦਮਖਮ ਦੇਖਣਾ ਸੀ। ਹੁਣ ਧਿਆਨ ਮਾਰੋ 55 ਕਰੋੜ ਚ ਕਿਵੇਂ ਪਿਆ, ਸੁਣ ਲਓ ਮਾੜਾ ਮੋਟਾ, ਦਿਮਾਗ ਖੋਲ ਕੇ ਰੱਖਿਆ ਕਰੋ, ਕਿਵੇਂ ਪੰਜਾਬ ਦਾ ਪੈਸਾ ਪਾਣੀ ਨੂੰ ਵਹਾਇਆ ਜਾ ਰਿਹਾ, ਕਿਵੇਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। 8 ਕਰੋੜ ਤੇ 75 ਲੱਖ ਰੁਪਏ ਦਾ ਟੈਂਟ ਲੱਗਿਆ ਸੀ ਅੱਜ ਆਮ ਜੇ ਘਰ ਦੇ ਮੁੰਡੇ ਦੀ ਖਾਤਰ, ਗਰੀਬ ਜੇ ਘਰ ਦਾ ਮੁੰਡਾ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ, ਆਮ ਮੁੰਡੇ। ਸੋ ਆ ਬਾਈ, ਬਿਜਲੀ ਟੁੱਟ ਗਿਆ ਸੀਗਾ ਫੇਰ ਯਾਰ ਆਪਣਾ, ਇਹ ਤਾਂ ਗੱਲਬਾਤ ਦਾ ਸਵਾਦ ਹੀ ਗਾਲ ਦਿੰਦਾ ਬਿਜਲੀ ਟੁੱਟ ਜਾਂਦਾ ਸੰਪਰਕ। ਸੋ 8 ਕਰੋੜ ਤੇ 75 ਲੱਖ ਦਾ ਟੈਂਟ ਲੱਗਿਆ, ਤੇ ਟੈਂਟ ਦਾ ਜਿਹੜਾ ਠੇਕਾ ਸੀ ਦਿੱਲੀ ਦੇ ਕਿਸੇ ਬੰਦੇ ਕੋਲ ਸੀ, ਉਹ ਫਾਇਦਾ ਪੰਜਾਬ ਦੇ ਕਿਸੇ ਬੰਦੇ ਨੂੰ ਨਹੀਂ ਹੋਇਆ। ਜਿਹੜਾ 8 ਕਰੋੜ 75 ਲੱਖ ਰੁਪਇਆ ਕਿਹਦੀ ਜੇਬ ਚ ਗਿਆ, ਦਿੱਲੀ ਦੇ ਕਿਸੇ ਬੰਦੇ ਦੀ ਜੇਬ ਚ ਗਿਆ, ਜਿਹੜਾ ਕੇਜਰੀਵਾਲ ਦਾ ਖਾਸਮ ਖਾਸ ਹੈ ਉਹਨੂੰ ਇਹ ਠੇਕਾ ਦਿੱਤਾ ਗਿਆ ਸੀ। ਤੁਸੀਂ ਹੁਣ ਸੋਚੋਗੇ ਵੀ 8 ਕਰੋੜ 75 ਲੱਖ ਦਾ ਇਹੋ ਜਿਹਾ ਕਿਹੜਾ ਟੈਂਟ ਸੀ ਯਾਰ, ਉਹਦੇ ਕਿਹੜਾ ਕੋਈ ਸੋਨਾ ਮੋਤੀ ਲੱਗੇ ਹੋਏ ਸੀ, ਉਹ ਬੁਲਟ ਪਰੂਫ ਵੀ ਸੀ, ਉਹ ਵਾਟਰ ਪਰੂਫ ਵੀ ਸੀ। ਅੱਜ ਕੱਲ ਜਨਾਬ ਨੂੰ ਹੈਰਾਨ ਹੈ ਮੈਂ ਤਾਂ, ਟੈਂਟ ਵੀ ਬੁਲਟ ਪਰੂਫ ਲਾਉਣ ਲੱਗ ਗਏ, ਐਡਾ ਖਤਰਾ ਖੜਾ ਹੋ ਗਿਆ। ਐਡੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ, ਇੰਨਾ ਚਹੇਤਾ ਮੁੱਖ ਮੰਤਰੀ, ਇੰਨੇ ਕੰਮ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ, ਅੱਜ ਕੱਲ ਟੈਂਟ ਵੀ ਬੁਲਟ ਪਰੂਫ ਲਾਉਣ ਲੱਗ ਗਿਆ, ਹੱਦ ਹੋ ਗਈ।
8,75,00,000 ਗਿਣੀ ਚੱਲਿਓ, 8,75,00,000 ਦਾ ਟੈਂਟ ਤੇ 1,25,00,000 ਦਾ ਸਾਊਂਡ ਜਿਹੜਾ ਸਪੀਕਰ ਜਿਹਾ ਹੁੰਦਾ ਸਿਸਟਮ ਆ ਲੱਗਿਆ ਸਾਰੇ ਟੈਂਟ ਦੇ ਵਿੱਚ 1,25,00,000 ਰੁਪਏ ਦਾ। ਕਦੇ ਸਾਡੇ ਜਨਾਬ ਗੱਡੀ ਤੇ ਖੜਕੀ ਬੋਲ ਦਿੰਦੇ ਸੀਗੇ ਭੂਪੂ ਜਿਹਾ ਲੈ ਕੇ ਮੂੰਹ ਚ, ਉਹ 500-400 ਦਾ। ਅੱਜ ਜਨਾਬ ਬੋਲਦੇ ਆ ਕਿਉਂਕਿ ਆਮ ਤੋਂ ਖਾਸ ਹੋ ਗਏ ਨਾ, ਅੱਜ 1,25,00,000 ਦਾ ਇਹਨਾਂ ਦੀ ਖਾਤਰ ਸਪੀਕਰ ਲੱਗਦੇ ਆ ਬੋਲਣ ਵਾਲੇ ਦੀ ਖਾਤਰ। 2,200 ਬੱਸ ਆਈ ਹੈ ਅੱਜ, 2,200 ਬੱਸ, ਇੱਕ ਬੱਸ ਦੇ ਵਿੱਚ 220 ਲੀਟਰ ਤੇਲ ਪਾਇਆ ਗਿਆ। 4,25,92,000 ਦਾ ਤੇਲ ਇਕੱਲੀਆਂ ਬੱਸਾਂ ਚ ਪਿਆ ਅੱਜ, 4,25,00,000 ਤੇ 92,000 ਦਾ ਤੇਲ ਇਕੱਲੀਆਂ ਬੱਸਾਂ ਚ ਪਿਆ। ਇਹ ਤੋਂ ਇਲਾਵਾ 20 ਮੀਟਰ ਦੇ ਬੋਰਡ ਲਾਏ ਗਏ ਆ, ਇੱਕ ਬੋਰਡ ਦੀ ਕੀਮਤ ਵੱਡਾ ਬੋਰਡ 2,000 ਦਾ, ਉਦੋਂ ਛੋਟਾ 1,500 ਦਾ, ਉਦੋਂ ਛੋਟਾ ਜਿਹੜਾ ਬੋਰਡ ਸੀਗਾ ਉਹ ਕੋਈ 1,000 ਦਾ ਵੀ ਸੀ, ਕੋਈ 800 ਦਾ ਵੀ ਸੀ, ਤੇ ਸਾਰਾ ਮਾਡਲਾ ਚੌਂਕ ਹੈ ਬੋਰਡਾਂ ਨਾਲ ਚਾਰ ਸਪਿਰੋਂ ਭਰਿਆ ਪਿਆ ਸੀ, ਜਿਵੇਂ ਬਹੁਤ ਵੱਡੇ ਕੋਈ ਆਪਾਂ ਮਹਾਰਾਜਾ ਆ ਰਿਹਾ ਹੋਵੇ ਤੇ ਉਹਦੀ ਸ਼ਾਨੋ ਸ਼ੌਕਸ ਦੇ ਵਿੱਚ ਆਪਾਂ ਅੱਗੇ ਕੋਈ ਉਹਦਾ ਮਾਣ ਸਨਮਾਨ ਕਰਨ ਦੇ ਲਈ ਆਪਾਂ ਜਿਵੇਂ ਤਿਆਰੀਆਂ ਕਰਦੇ ਹਾਂ, ਉਵੇਂ ਅੱਜ ਤਿਆਰੀ ਸੀ। ਚੌਂਕ ਆਲਾ ਦੁਆਲਾ ਚੌਂਕ ਭਰਿਆ ਹੋਇਆ ਸੀ ਛੋਟੇ ਵੱਡੇ ਬੋਰਡਾਂ ਦੇ ਨਾਲ, ਤੇ ਆ ਤੜਕੇ ਜਨਾਬ ਦੇ ਆਉਣ ਤੋਂ ਪਹਿਲਾਂ ਤਿੰਨ ਘੰਟੇ ਜਨਾਬ ਦੇ ਆਉਣ ਤੋਂ ਪਹਿਲਾਂ DPRO ਜਿਹੜਾ ਸਰਕਾਰ ਦਾ ਅਫਸਰ ਹੁੰਦਾ ਗੱਡੀਆਂ ਲੈ ਕੇ ਸਰਕਾਰੀ ਮੂਹਰੇ ਬੋਰਡ ਲਵਾਉਂਦਾ ਫਿਰਦਾ ਸੀ ਵੀ ਆਹ ਲਾਓ ਆਹ ਲਓ। ਹੋਰ ਕਮਾਲ ਦੀ ਗੱਲ ਦੇਖੋ, ਜਦੋਂ ਰੈਲੀ ਖਤਮ ਹੋ ਗਈ ਸਾਰੇ ਬੋਰਡ ਪੱਟੇ ਲੱਦ ਕੇ ਭੁੰਡੀਆਂ ਚ ਟਰਾਲੀਆਂ ਚ ਟੈਂਪੂਆਂ ਚ ਲੈ ਗਏ ਨਾਲ ਦੀ ਨਾਲ, ਤਾਂ ਕਿ ਬਾਅਦ ਚ ਲੋਕ ਖਿੱਲੀ ਨਾ ਡਾਉਣ ਵੀ ਆਹ ਦੇਖੋ ਕਿੰਨਾ ਅੱਜ ਪੈਸਾ ਬਰਬਾਦ ਕਰਤਾ। ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ, 7 ਜ਼ਿਲ੍ਹਿਆਂ ਦੀ ਸਾਰਾ ਪੁਲਿਸ ਦਾ ਖਰਚਾ, ਜਿੰਨੀਆਂ ਗੱਡੀਆਂ ਬੱਸਾਂ ਉਹਨਾਂ ਨੂੰ ਲੈ ਕੇ ਆਈਆਂ ਉਹ ਸਾਰਾ ਖਰਚਾ ਅੱਜ ਖਜ਼ਾਨੇ ਤੇ ਪਿਆ। ਆ ਸ਼ੁਕਰ ਕਰੋ ਮਾੜਾ ਜਿਹਾ DC ਬਠਿੰਡੇ ਨੇ ਘੁਰਕੀ ਦਿੱਤੀ ਤੇ ਸਕੂਲ ਖੁਲਵਾ ਤੇ। ਆ ADC ਜਿਹੜੀ ਸਾਡੇ ਬਠਿੰਡੇ ਲੱਗੀ ਹੋਈ ਆ ਮੈਡਮ, ਆ ਉਹ ਇਹਨਾਂ ਦਾ ਹਲਕਾ ਇੰਚਾਰਜ ਹੈ ਗਦਲਵਹੇ ਵਾਲਾ, ਉਹਦੀ ਧਰਮ ਪਤਨੀ ਆ ਜਿਹੜੀ ADC ਬਠਿੰਡਾ ਲੱਗੀ ਹੈ। ਉਹ ਕੋਈ ADC, ਉਹ ਕੋਈ ਸਰਕਾਰੀ ਅਫਸਰ ਨਹੀਂ, ਉਹ ਕੋਈ ਵਿਚਾਰੀ ਬੀਬਾ ਜਿਹੜੀ ਲਾਈ ਆ ਉਹ ਕੋਈ ਲੋਕਾਂ ਲਈ ਨਹੀਂ ਬੈਠੀ ਵੀ ਲੋਕਾਂ ਨੂੰ ਇਨਸਾਫ ਦੇਣ ਲਈ ਬੈਠੀ ਆ, ਉਹਨਾਂ ਦੀ ਇੱਕ ਪਾਰਟੀ ਦੀ ਵਰਕਰ ਆ। ਉਹ ਬੀਬਾ ਨੇ ਸਾਰੇ BDO ਨੂੰ ਸਾਰੇ ਸੈਕਟਰੀਆਂ ਨੂੰ ਸੱਦ ਕੇ ਮੀਟਿੰਗ ਕਰਕੇ ਕਿਹਾ ਸੀ ਮਾਸਟਰ ਰੋਲ ਘਟਾ ਦਿਓ ਨਰੇਗਾ ਵਾਲਿਆਂ ਦਾ, ਤੇ ਸਾਰੇ ਰੈਲੀ ਦੇ ਰਜਾਣੇ ਆ, ਹਾਜ਼ਰੀ ਪਾਈ ਗਈ ਉਹਨਾਂ ਦੀ ਬਕਾਇਦਾ ਤੌਰ ਤੇ ਰਜਾਏ ਗਏ ਰੈਲੀ ਚ। ਕਿਹਾ ਕੀ ਗਿਆ ਉਹਨਾਂ ਨੂੰ, ਗਰੀਬਾਂ ਨੂੰ ਵਿਚਾਰਿਆਂ ਨੂੰ, ਵੀ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ, ਆਓ ਤੁਹਾਡੀਆਂ ਮੰਗਾਂ ਆਪਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਇਕੱਠ ਕਰਨ ਦੀ ਖਾਤਰ। ਕੀ ਗੱਲ ਜਨਾਬ, ਤੁਸੀਂ ਤਾਂ ਕਹਿੰਦੇ ਹੁੰਦੇ ਸਤੌਜ ਵਾਲਿਓ ਕਿ ਸਾਡੇ ਦਾ ਭਮਾਕੜ ਡੰਡਗੋ ਡੰਡੀ ਹੋ ਕੇ ਆ ਜਾਂਦੇ ਆ, ਸਾਡੇ ਭਮਾਕੜ ਵੱਟੋ ਵੱਟੀ ਪੈ ਕੇ ਆ ਜਾਂਦੇ ਆ, ਸਾਨੂੰ ਤਾਂ ਸੜਕਾਂ ਦੀ ਵੀ ਲੋੜ ਨਹੀਂ ਸਾਧਨਾਂ ਦੀ ਵੀ ਲੋੜ ਨਹੀਂ, ਇਹ ਤਾਂ ਪੈਦਲ ਹੀ ਆ ਜਾਂਦੇ ਕਈ ਕਈ ਕਿਲੋਮੀਟਰ ਪੈ ਗਈ ਆਪਾਂ ਨੂੰ, ਕਿ ਆਪਾਂ ਸਾਰਾ ਅਮਲਾ ਫੈਲਾ ਸਰਕਾਰੀ ਤੰਤਰ ਲਾ ਕੇ ਲੋਕਾਂ ਨੂੰ ਨਰੇਗਾ ਵਾਲਿਆਂ ਨੂੰ ਵਿਚਾਰਿਆਂ ਨੂੰ ਲਿਆ ਲਿਆ ਬੱਸਾਂ ਭਰ ਕੇ ਇਕੱਠ ਕਰਨਾ ਪੈ ਗਿਆ। ਹੋਰ ਸੁਣ ਲਓ, ਬਠਿੰਡਾ ਜਿਹੜਾ ਹੈਗਾ ਬਠਿੰਡੇ ਵਾਲਾ ਡੀਪੂ, ਬਠਿੰਡੇ ਵਾਲਾ ਬੱਸਾਂ ਵਾਲਾ ਡੀਪੂ ਦਾ ਪੈਸਾ ਕਿੰਨਾ ਖੜਾ ਜਿਹਦੇ ਪਟਿਆਲੇ ਰੈਲੀ ਹੋਈ ਹੈ, 14,94,475 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨੇ ਬਠਿੰਡੇ ਡੀਪੂ ਦਾ।
ਉਹ ਬਾਈ ਯਾਰ ਟੁੱਟ ਜਾਂਦਾ ਯਾਰ, ਗੱਲ ਹੀ ਗਾਲ ਦਿੰਦਾ, ਤਾਂ ਗੱਲ ਦਾ ਦਫਾ ਹੀ ਪੱਟੀ ਗਿਆ ਅਜਤਾ ਯਾਰ। ਸੋ ਮੈਂ ਗੱਲ ਕਰ ਰਿਹਾ ਸੀਗਾ ਡੀਪੂ ਦੀ ਕਿ ਜਿਹਦੇ ਧੂਰੀ ਰੈਲੀ ਸੀ 17,38,225 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨੇ। ਗੁਰਦਾਸਪੁਰ ਦਾ 5,14,219 ਰੁਪਏ, ਲੁਧਿਆਣੇ ਵਾਲੇ ਦਿਨ ਜਿਹਦੇ ਰੈਲੀ ਸੀ ਲੁਧਿਆਣੇ 9,26,431 ਰੁਪਏ, ਸਾਰੇ ਜੋੜ ਕੇ 46,73,350 ਰੁਪਏ ਕੱਲੇ ਬਠਿੰਡੇ ਬੱਸ ਡੀਪੂ ਦਾ ਬਕਾਇਆ ਸਰਕਾਰਾਂ ਨੇ ਖੜਾ। ਦੇਖ ਲਓ ਹਾਲਾਤ ਤੁਸੀਂ। ਇਹ ਜਨਾਬ ਜਿਹੜੇ ਹੁਣ ਡਰਾਮਿਆਂ ਤੇ ਸਵਾਏ ਡਰਾਮਿਆਂ ਦੇ, ਮੈਨੂੰ ਤੁਸੀਂ ਦੱਸ ਦਿਓ ਯਾਰ ਵੀ ਸਵਾਏ ਡਰਾਮਿਆਂ ਦੇ ਉੱਥੇ ਤੁਸੀਂ ਦੱਸੋ ਤੇ ਹੋਰ ਕੀ ਹੋਇਆ ਅੱਜ ਜਾਵਾਂ ਦੱਸ ਦਿਓ। ਦੇਖੋ ਗੱਲ ਸਾਡੇ ਕੋਲ ਜਵਾਬ ਕੋਈ ਹੁੰਦਾ ਨਹੀਂ, ਫਿਰ ਅਸੀਂ ਜਾਂ ਤਾਂ ਗਾਲਾਂ ਤੇ ਆਉਂਦੇ ਹਾਂ ਜਾਂ ਬੇਖੁਦੀਆਂ ਸਾਡੇ ਕੋਲ ਦਲੀਲਾਂ ਹੁੰਦੀਆਂ ਨੇ। ਪਰ ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜਿਸ ਤਰੀਕੇ ਨੇ ਪੰਜਾਬ ਨੂੰ ਬੰਦਾ ਬਰਬਾਦ ਕਰ ਰਿਹਾ, ਅੱਜ ਨੂੰ ਚੁੱਲ੍ਹਿਆਂ ਦੀ ਅੱਗ ਨਹੀਂ ਦਿਖੀ, ਅੱਜ ਜਹਾਜ਼ ਲੈ ਕੇ ਸਿੱਧਾ ਦਿੱਲੀ ਨੂੰ ਉੱਡ ਗਿਆ, ਅੱਜ ਕੋਈ ਚੁੱਲ੍ਹਿਆਂ ਦੀ ਅੱਗ ਨਹੀਂ ਦਿਖੀ ਇਹਨੂੰ, ਅੱਜ ਕਿੱਥੇ ਗਿਆ ਇਹਦਾ ਜਿਹੜਾ ਗੱਲਾਂ ਕਰਦਾ ਹੁੰਦਾ ਸੀਗਾ ਕਿ ਦੇਖੋ ਜੀ ਜਹਾਜ਼ਾਂ ਤੇ ਬੈਠ ਕੇ ਚੁੱਲ੍ਹਿਆਂ ਦੀ ਅੱਗ ਦਿਖਦੀ ਹੈ। ਕੇਜਰੀਵਾਲ ਨੂੰ ਵਾਰ ਵਾਰ ਪੰਜਾਬ ਲਿਆਉਣ ਦੀ ਕੀ ਲੋੜ ਹੈ, ਕਿੱਡਾ ਵੱਡਾ ਖਰਚਾ, ਜਹਾਜ਼ ਇੱਥੋਂ ਪਹਿਲਾਂ ਦਿੱਲੀ ਜਾਂਦਾ ਫਿਰ ਲੈ ਕੇ ਆਉਂਦਾ ਫਿਰ ਛੱਡ ਕੇ ਆਉਂਦਾ ਫਿਰ ਮੁੜਦਾ, ਚਾਰ ਗੇੜੇ ਲੱਗਦੇ ਆ, ਉਹ ਸਾਰਾ ਬੋਝ ਉਹ ਵੀ ਖਜ਼ਾਨੇ ਤੇ ਪੈਂਦਾ। ਅਸੀਂ ਸਵਾਲ ਥੋੜੀ ਪੁੱਛਣੇ ਆ। ਹੁਣ ਬਾਲੇ ਕਹਿੰਦਾ ਤੂੰ ਰੋਜ਼ ਆ ਜਾਂਦਾ ਬੋਲਣ, ਆਉਣਾ ਹੀ ਪੈਂਦਾ ਬਾਈ, ਇਹ ਦਿਲ ਦੁਖਦਾ ਜਿਵੇਂ ਪੰਜਾਬ ਦੀ ਬਰਬਾਦੀ ਕਰ ਰਿਹਾ ਬੰਦਾ। ਇਹ ਕਹਿੰਦਾ ਮੈਂ ਇੱਕ ਪੈਸਾ ਨਹੀਂ ਪੰਜਾਬ ਦਾ ਬਰਬਾਦ ਹੋਣ ਦੇਣਾ, ਮੈਂ 25-25 ਪੰਜਾਬ ਦੇ ਲੋਕਾਂ ਨੂੰ ਦੇ ਪ੍ਰਤੀ ਮੈਂ ਜਵਾਬ ਦੇ ਆ। ਪਰ ਇਹਦਾ ਜਵਾਬ ਕੌਣ ਦਊ ਜਿਹੜਾ ਅੱਜ 55 ਕਰੋੜ ਰੁਪਇਆ ਇੱਕ ਦਿਨ ਦੀ ਰੈਲੀ ਦੇ ਉੱਤੇ ਲਾਏਗਾ? ਜੀ ਸਦਕੇ ਰੈਲੀਆਂ ਕਰੋ ਯਾਰ, ਕਰੋ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੀਆਂ ਪਾਰਟੀਆਂ ਵੀ ਕਰਨਗੀਆਂ, ਸਾਰੇ ਕਰਨਗੇ, ਆਪਦੀ ਜੇਬ ਚੋਂ ਕਰੋ, ਪਾਰਟੀ ਫੰਡ ਚੋਂ ਕਰੋ, ਪੰਜਾਬ ਦੇ ਖਜ਼ਾਨੇ ਚੋਂ ਕਿਉਂ, ਇਹ ਬੋਝ ਪੰਜਾਬ ਦੇ ਲੋਕਾਂ ਦੇ ਕਿਉਂ? 62,000 ਕਰੋੜ ਰੁਪਇਆ ਤੁਸੀਂ ਕਰਜ਼ਾ ਚੱਕ ਲਿਆ, ਉਹ ਸਾਰਾ ਪੰਜਾਬ ਤੇ ਬੋਝ ਪੈਣਾ। 4,450 ਕਰੋੜ ਰੁਪਇਆ ਤੁਸੀਂ ਪਿਛਲੇ 11ਵੇਂ ਮਹੀਨੇ ਚ ਕਰਜ਼ਾ ਚੱਕਿਆ, 1 ਮਹੀਨੇ ਦੇ ਵਿੱਚ 4,450 ਕਰੋੜ ਰੁਪਇਆ ਕਰਜ਼ਾ ਚੱਕਿਆ। ਉਹ ਇਸ ਕਰਕੇ ਚੱਕਿਆ ਵੀ ਤੁਸੀਂ ਐਂ ਬਰਬਾਦ ਕਰੋ ਪੰਜਾਬ ਦਾ ਪੈਸਾ, ਮਸ਼ਹੂਰੀਆਂ ਤੇ, ਬੋਰਡਾਂ ਤੇ, ਤੇਲ ਤੇ, ਜਹਾਜ਼ਾਂ ਦੇ ਫੂਕੋ, ਰੈਲੀਆਂ ਦੇ ਫੂਕੋ, ਇਸ ਕਰਕੇ ਤੁਹਾਨੂੰ ਬਣਾਇਆ ਸੀ ਯਾਰ। ਮੈਂ ਕਹਿੰਦਾ ਭਵਾਂਸਿਆਂ ਤੂੰ ਸਾਰੇ ਬੰਦਿਆਂ ਨੂੰ ਇਸ ਗੱਲਾਂ ਦੇ ਪਿੱਛੇ ਪਿੱਛੇ ਛੱਡ ਗਿਆ ਯਾਰ। ਆ ਇੱਕ ਇੱਕ ਬੰਦਾ ਮੁੰਡਾ ਲਿਖਦਾ ਖੜੀ ਖੜੀ ਕੀ ਕਹਿੰਦਾ, ਹੇ ਹਾਂ 66 KV ਲਾਈਨ ਜਿੱਥੇ ਨਾ ਜਿੱਥੇ ਰੈਲੀ ਹੋਈ ਹੈ, ਸੁਣ ਲਓ ਕਿਵੇਂ ਕਿਵੇਂ ਇੱਥੇ ਕਿਸੇ ਗਰੀਬ ਦੇ ਘਰ ਦੇ ਉੱਤੋਂ ਹੀ ਤਾਰਾਂ ਲੰਘਦੀਆਂ। ਹੁਣ ਨਾ ਇੱਕ ਮੈਂ ਪਿੰਡਾਂ ਚ ਗਿਆ ਮੌੜ ਹਲਕੇ ਚ, ਕੁੱਬੇ ਪਿੰਡ ਹੈ ਉੱਥੇ ਤਾਰਾਂ ਲੰਘਦੀਆਂ, ਇੱਕ ਦੋ ਪਿੰਡਾਂ ਚ ਹੋਰ ਹੈ, ਉਹ ਅਰਜ਼ੀਆਂ ਦੇ ਰਹੇ ਥਾ ਕੇ ਕਿਸੇ ਤਾਰ ਨਹੀਂ ਬਿਜਲੀ ਵਾਲੇ ਮੁਲਾਜ਼ਮ ਨੇ, ਬਿਜਲੀ ਬੋਰਡ ਦੇ ਮਹਿਕਮੇ ਨੇ ਕਿਸੇ ਨੇ ਪਾਸੇ ਕੀਤੀਆਂ, ਜਿੱਥੇ ਰੈਲੀ ਹੋਣੀ 66 KV ਦੀ ਲਾਈਨ ਲੰਘਦੀ ਸੀ ਤਾਰ, 66 KV ਦੀ ਪੱਟ ਕੇ ਤਾਰ ਪਾਸੇ ਕੀਤੀ ਗਈ, ਫਿਰ ਉਹਨੂੰ ਦੁਬਾਰਾ ਜਦੋਂ ਰੈਲੀ ਤੋਂ ਬਾਹਰ ਫਿਰ ਉੱਥੇ ਦੁਬਾਰਾ ਲਿਆਂਦਾ ਗਿਆ, ਉਹ ਵੀ ਘੱਟੋ ਘੱਟ 22-25 ਲੱਖ ਰੁਪਏ ਚ ਪਈ ਹੈ। ਫਿਰ ਬਰਬਾਦੀ ਨੀ ਪੰਜਾਬ ਦੀ ਤਾਂ ਹੋਰ ਕੀ ਹੈ ਯਾਰ, ਕੋਈ ਹੈ ਜਵਾਬ? ਕੋਈ ਹੈ ਜਿਹੜੇ ਬੰਦੇ ਟੱਕਰਾਂ ਮਾਰਦੇ ਨੇ ਕੰਧਾਂ ਚ, ਜਿਹੜੇ ਬੰਦੇ ਬਿਨਾਂ ਗੱਲ ਤੋਂ ਮਾਨਸਾ ਜਿੰਦਾਬਾਦ ਕਰਦੇ ਆ, ਜਿਸ ਤਰੀਕੇ ਨਾਲ ਤੁਹਾਨੂੰ ਗੱਲਾਂ ਦੇ ਨਾਲ ਗਮਰਾਹ ਕਰਕੇ ਇਹ ਬੰਦਾ, ਇਹ ਹੁਣ ਤੱਕ ਇਹੀ ਗੱਲਾਂ ਦਾ ਖੱਟਿਆ ਖਾਧੀਆਂ ਨੇ, ਇਹੀ ਡਰਾਮੇ ਕਰ ਕਰਕੇ ਤਾਂ ਸਟੇਜਾਂ ਦੇ ਉੱਤੇ ਹੁਣ ਤੱਕ ਇਹ ਮਸ਼ਹੂਰ ਹੋਇਆ ਸੀ, ਉਹੀ ਡਰਾਮੇ ਸਿਆਸਤ ਕਰਨ ਲੱਗ ਗਿਆ।
ਹੁਣ ਅੱਗੇ ਤਾਂ ਦੇਖੋਗੇ ਡਰਾਮੇ ਹਲੇ ਦੇਖੋਗੇ। ਹੋ ਗਏ ਨਾ ਥੋੜੇ ਦਿਨ, ਉਹ ਤੱਪੜ ਚ ਬੈਠਾ ਸੀਗਾ ਥੱਲੇ ਭੁੰਜੇ ਜਵਾਕਾਂ ਦੇ ਨਾਲ ਚੌਂਕੜੀ ਮਾਰੀ ਸਕੂਲ ਚ, ਇੱਕ ਉਹ ਖਿੜਕੀ ਜੀ ਝਾਕੀ ਜਾਂਦਾ ਪਤਾ ਨੀ ਕਿੱਥੇ, ਕੋਈ ਸੁਵਿਧਾ ਕੇਂਦਰ ਦੀ ਪਤਾ ਨੀ ਕਾਹਦੀ ਖਿੜਕੀ ਹੈ। ਜਿਹੜਾ ਮੀਡੀਆ ਕਹਿੰਦਾ ਜੀ ਉੱਥੇ ਖਬਰ ਚੱਲਦੀ ਆ ਮਾਨ ਸਾਹਿਬ ਨੇ ਅਚਨਚੇਤ ਕੀਤਾ ਦੌਰਾ, ਕਿਹੜਾ ਅਚਨਚੇਤ, ਪੰਜ ਜ਼ਿਲ੍ਹਿਆਂ ਦੀ ਪੁਲਿਸ ਪਹਿਲਾਂ ਲੱਗ ਜਾਂਦੀ ਹੈ, ਸੜਕਾਂ ਪਹਿਲਾਂ ਘੇਰ ਲਈਆਂ ਜਾਂਦੀਆਂ ਨੇ, ਮੀਡੀਆ ਸਾਰਾ ਚੰਡੀਗੜ੍ਹੋਂ ਨਾਲ ਚੱਲ ਕੇ ਆਉਂਦਾ, ਪਹਿਲੇ ਕੈਮਰੇ ਫਿੱਟ ਹੋ ਜਾਂਦੇ ਨੇ ਵੀ ਮਾਨ ਸਾਹਿਬ ਨੇ ਆਹ ਸੁਵਿਧਾ ਕੇਂਦਰ ਚ ਆਉਣਾ, ਮਾਨ ਸਾਹਿਬ ਨੇ ਸਕੂਲ ਚ ਆਉਣਾ, ਉਹ ਸਾਰਾ ਪਲਾਨ ਡਰਾਮਾ ਹੁੰਦਾ। ਇਹ ਕਿਹੜਾ ਚੰਚੇਤ ਹੋ ਗਿਆ ਜੀ ਦੌਰਾ ਇਹਨਾਂ ਦਾ, ਆਹ ਦੇਖੋਗੇ ਆਉਣ ਵਾਲੇ ਦਿਨ ਉਹਨੂੰ ਹਾੜੀ ਵੱਢਦਾ ਦਿਖਾਊ, ਵਾਢੇ ਚ ਬੈਠਾ ਦਿਖਾਊ, ਪਾਂਤ ਲਾਉਂਦਾ ਵੀ ਆਹ ਦੇਖੋ, ਤਾਸ਼ ਖੇਡਦਾ ਦਿਖਾਊ, ਸੱਥਾਂ ਚ ਬੈਠਾ ਬਜ਼ੁਰਗਾਂ ਦੇ ਨਾਲ, ਐ ਨੀ ਪਤਾ ਕਿਹੜੇ ਸਕੂਟਰ ਮਾਰ ਬੈਠਾ ਜਾਂਦਾ ਹੋਵੇ, ਮੋਟਰਸਾਈਕਲ ਮਾਰ ਬੈਠਾ ਜਾਂਦਾ ਹੋਵੇ। ਇਹ ਡਰਾਮੇ ਹੁਣ ਸ਼ੁਰੂ ਕਰੂਗਾ ਕਿ ਦੇਖੋ ਮੈਂ ਤਾਂ ਇੰਨਾ ਆਮ ਹੈ, ਮੈਂ ਤਾਂ ਲੋਕਾਂ ਦੇ ਵਿੱਚ ਵੱਜਦਾ ਫਿਰਦਾ, ਮੈਂ ਤਾਂ ਲੋਕਾਂ ਚ ਬਹਿਣਾ, ਦੇਖਿਆ ਕੋਈ ਮੁੱਖ ਮੰਤਰੀ ਕਹਿੰਦਾ ਵੀ ਹੁੰਦਾ ਨਾ, ਦੇਖਿਆ ਕੋਈ ਮੁੱਖ ਮੰਤਰੀ ਇਹੋ ਜਿਹਾ ਜਿਹੜਾ ਲੋਕਾਂ ਚ ਆ ਕੇ ਬਹਿੰਦਾ ਹੋਵੇ, ਉਹਦਾ ਨੇੜੇ ਵੀ ਨਹੀਂ ਸੀ ਆਉਂਦੇ, ਮਹਿਲਾਂ ਚੋਂ ਨਹੀਂ ਨਿਕਲਦੇ, ਉਹ ਆਪਣੇ ਕੋਠੀਆਂ ਚੋਂ ਨਹੀਂ ਨਿਕਲਦੇ, ਉਹ ਬਾਹਰ ਨਹੀਂ ਸੀ ਆਉਂਦੇ, ਲੋਕਾਂ ਨੂੰ ਸੀ ਮਿਲਦੇ, ਮੈਂ ਲੋਕਾਂ ਚ ਮਿਲਦਾ ਫਿਰਦਾ। ਗਿਆ ਪਿਆ ਰਿਹਾ ਹਾਂ, ਚੱਲ ਚੱਲ ਪਿਆ, ਫਿਰ ਚੱਲ ਪਿਆ, ਫਿਰ ਚੱਲ ਪਿਆ। ਸੋ ਬਾਈ ਤੁਹਾਨੂੰ ਬੇਨਤੀ ਆ, ਜੇ ਤੁਸੀਂ ਹਲੇ ਵੀ ਇਹਦੀਆਂ ਗੱਲਾਂ 'ਚ ਆਈ ਗਏ ਨਾ, ਇਹਦੇ ਡਰਾਮਿਆਂ 'ਚ ਆਈ ਗਏ, ਇਹ ਐਸੇ ਖੂਹ ਦਾ ਪਹਿਲਾਂ ਹੀ ਬਹੁਤ ਸੱਟਿਆ ਹੋਇਆ, ਪਿਛਲਿਆਂ ਨੇ ਬਥੇਰਾ ਸੱਟਤਾ ਪੰਜਾਬ, ਪਹਿਲਾਂ ਹੀ ਬਹੁਤ ਆਪਾਂ ਪਛੜ ਗਏ ਹਾਂ, ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਹੋ ਚੁੱਕਿਆ, ਪਰ ਇਹ ਜਮਾ ਹੈ ਜਿਹੜਾ ਮਾੜਾ ਮੋਟਾ ਸਹਿਕਦਾ ਪੰਜਾਬ ਹੈ, ਉਹਨੂੰ ਵੀ ਐਂ ਜਮਾਂ ਸੁਸਤਰੀ ਨੂੰ ਸਮਾਜੂਗਾ, ਇਹ ਯਾਦ ਰੱਖੇ ਮੇਰੀ ਗੱਲ, ਵਾਰ ਵਾਰ ਤਾਂ ਸਾਨੂੰ ਕਲਪਦੇ ਹਾਂ। ਆਹ ਹੁਣ ਤੁਹਾਨੂੰ ਦੱਸਤਾ ਸਾਰੇ ਅੰਕੜੇ ਤੱਥ, ਤੁਹਾਨੂੰ ਤੁਹਾਡੇ ਤੁਹਾਡੇ ਕੋਲ ਰੱਖਦੇ ਆ ਮੈਂ ਵੀ ਆਹ ਤੱਥ ਨੇ, ਆਹ ਅੰਕੜੇ ਨੇ, ਆਹ ਖਰਚੇ ਹੋਏ ਆ ਐਸ ਐਸ ਗੱਲਾਂ ਦੇ ਉੱਤੇ, ਆਹ ਕੰਮਾਂ ਦੇ ਉੱਤੇ ਖਰਚੇ ਹੋਏ ਆ, ਤੇ ਤੁਸੀਂ ਹੁਣ ਮੈਨੂੰ ਇਹਦੀ ਪ੍ਰਾਪਤੀ ਦੱਸ ਦਿਓ ਕੋਈ ਬੰਦਾ ਵੀ ਅੱਜ ਦੇ ਦਿਨ ਦੀ, ਸਵਾਏ ਸ਼ਕਤੀ ਪ੍ਰਦਰਸ਼ਨ, ਉਹ ਵੀ ਨਰੇਗਾ ਵਾਲੇ ਵਿਚਾਰੇ ਗਰੀਬ ਮਜ਼ਦੂਰ ਇਕੱਠੇ ਕਰਕੇ ਹਾਜ਼ਰੀਆਂ ਲਾ ਕੇ ਉੱਧਰ ਸਾਰੇ ਮਹਿਕਮਿਆਂ ਨੂੰ ਕਹਿ ਕੇ, ਹੋਰ ਸੁਣ ਲਓ ਇਸ ਤੋਜ ਵਾਲੇ ਕਹਿੰਦੇ ਅਸੀਂ ਸਿੱਖਿਆ ਚ ਕ੍ਰਾਂਤੀ ਲਿਆਂਦੀ, ਅਸੀਂ ਸਿੱਖਿਆ ਇੱਥੇ ਲੈ ਗਏ, ਸਿੱਖਿਆ ਇੱਥੇ ਲੈ ਗਏ,